ਅੱਜ ਕਾਂਗਰਸ ਸੁਰਜੀਤ ਸ਼ਰਧਾਂਜਲੀ ਲੈਣ ਲਈ ਇਕੱਠੇ ਹੋਏ ਹਾਂ। ਉਹਨਾਂ ਦੀ ਜ਼ਿੰਦਗੀ ਦੇ ਮੁਤਾਬਕ ਸੁਰਿੰਦਰ ਸਿੰਘ ਨੇ ਅਤੇ ਹਰਦੇਵ ਸਿੰਘ ਨੇ ਬੜੇ ਵਿਸਥਾਰ ਨਾਲ ਆਪਾਂ ਨੂੰ ਦੱਸਿਆ। ਬਹੁਤ ਵਧੀਆ ਲੀਡਰ ਸੀ ਉਹ, ਔਰ ਇਸ ਲੈਵਲ ਦੇ ਲੀਡਰ ਘਰ ਘਰ ਨਹੀਂ ਜਾਂਦੇ, ਅਤੇ ਉਹਨਾਂ ਦੀ ਬੜੀ ਦੇਣ ਹੈ ਕਮਿਊਨਿਸਟ ਪਾਰਟੀ ਨੂੰ, ਉਹ ਸਾਰੀ ਕਮਿਊਨਿਟੀ ਨੂੰ। ਜੇ ਆਪਾਂ ਦੇਖਿਆ ਜਾਵੇ ਤਾਂ ਕੋਈ ਵੀ ਸਰਕਾਰ ਬਣਦੀ ਸੈਂਟਰ ਦੇ ਵਿੱਚ ਉਹਨਾਂ ਦਾ ਮੇਜਰ ਰੋਲ ਰਿਹਾ ਹੁਣ ਤੱਕ ਜਿੰਨਾ ਚਿਰ ਉਹ ਦਿੱਲੀ ਰਹੇ ਆ। ਮੈਂ ਇੱਕ ਦਫ਼ਾ ਉਹਨਾਂ ਨੂੰ ਦਿੱਲੀ ਮਿਲਿਆ ਜਾ ਕੇ ਇੱਕ ਵਾਰੀ ਬਲਵੰਤ ਸਿੰਘ ਰਾਮੂ ਦੇ ਨਾਲ, ਅਤੇ ਉਹਦਾ ਤੰਬਾ ਲਾਇਆ ਹੋਇਆ ਸੀ ਘਰ। ਬੜੀ ਸਾਦੀ ਜ਼ਿੰਦਗੀ ਸੀ ਉਹ ਉਹਨਾਂ ਦੀ, ਅਤੇ ਉਹ ਸਾਦਗੀ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਟਰੂ ਇਹ ਸੱਚਾ ਜਿਹੜਾ ਇਹ ਸੇਵਕ ਹੈ, ਕਮਿਊਨਿਟੀ ਹੈ। ਸੋ ਅਸੀਂ ਸਾਰੇ ਅੱਜ ਫਿਰ ਉਹਨੂੰ ਯਾਦ ਕਰਦੇ ਹਾਂ। ਮੈਂ ਤੁਹਾਡਾ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਇੱਥੇ ਆਉਣ ਦਾ, ਅਤੇ ਬਹੁਤ ਆਲਾ ਇਨਸਾਨ ਸੀ, ਬਹੁਤ ਵਧੀਆ ਲੀਡਰ ਸੀ। ਥੈਂਕ ਯੂ ਸਾਹਿਬਾਨ। ਆਜ ਵਿਸਾਖੀ ਕਾ ਦਿਨ ਹੈ। ਪੋਜੀਸ਼ਨ ਲੋ ਫਾਇਰ।